ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਵਿਰੋਧੀ ਵੋਟ ਵੰਡੇ ਜਾਣ ਦਾ ਲਾਹਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਆ। ਹੈਰਾਨੀ ਦੀ ਗੱਲ ਇਹ ਹੈ ਕਿ ਕੁੱਲ ਭੁਗਤੀਆਂ ਵੋਟਾਂ ਵਿੱਚੋਂ ਜਿੱਤਣ ਵਾਲੇ ਬਾਦਲ ਧੜੇ ਨੂੰ ਸਿਰਫ 43% ਵੋਟਾਂ ਪਈਆਂ। ਇਸ ਦੇ ਬਾਵਜੂਦ ਅਕਾਲੀ ਦਲ ਇੰਨੇ ਵੱਡੇ ਫਰਕ ਨਾਲ ਜੇਤੂ ਰਿਹਾ, ਜਦਕਿ ਵਿਰੋਧੀ ਧਿਰਾਂ 57% ਵੋਟਾਂ ਲੈ ਕੇ ਵੀ ਹਾਰ ਗਈ ਆ। ਸ਼੍ਰੋਮਣੀ ਅਕਾਲੀ ਦਲ ਸਰਨਾ ਧੜਾ ਨੂੰ ਇਹਨਾਂ ਵੋਟਾਂ ਵਿੱਚ 7 ਸੀਟਾਂ ਨਾਲ 29.86% ਵੋਟਾਂ ਮਿਲੀਆਂ, ਜਦਕਿ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿਤਰੇ ਪੰਥਕ ਸੇਵਾ ਦਲ ਨੂੰ 8.38% ਵੋਟਾਂ ਮਿਲੀਆਂ। ਹਾਲਾਂਕਿ ਇਹ ਦਲ ਕੋਈ ਸੀਟ ਨਾ ਜਿੱਤ ਸਕਿਆ। ਇਸ ਦੌਰਾਨ ਆਜ਼ਾਦ ਉਮੀਦਵਾਰ ਦੀ ਕਰੀਬ 14% ਵੋਟਾਂ ਲੈ ਗਏ। ਇਹਨਾਂ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਦਭਾਵਨਾ ਦਲ ਦੀ ਸ਼ਾਮਲ ਹੈ। ਉਧਰ ਇਸ ਜਿੱਤ ਕਾਂਗਰਸ ਦੇ ਸੀਨੀਅਰ ਲੀਡਰ ਰਜਿੰਦਰ ਕੌਰ ਭੱਠਲ ਨੇ ਵੀ ਸਵਾਲ ਉਠਾਏ ਨੇ। ਉਹਨਾਂ ਕਹਿਣਾ ਹੈ ਕਿ ਬਾਦਲ ਪਰਿਵਾਰ ਇਹਨਾਂ ਚੋਣਾਂ ਤੋਂ ਦੂਰ ਰਿਹਾ, ਇਸ ਲਈ ਇਹਨਾਂ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਹੋਈ ਹੈ। ਸਾਰੀਆਂ ਸਿਚੁਏਸ਼ਨਾਂ ਜਿਹੜੀਆਂ ਹੁੰਦੀਆਂ ਆਪ ਕੀ ਅਸੀਂ ਕੀ ਕਹਿੰਦੇ ਹਾਂ, ਉਹ ਕੀ ਕਹਿੰਦੇ, ਉਹ ਵੱਖਰੀ ਸੈਪਰੇਟ ਚੀਜ਼ ਹੈਗੀ ਹੈ। ਲੇਕਿਨ ਲੋਕਾਂ ਦੀ ਫੀਲਿੰਗ ਕੀ ਕਹਿੰਦੀ, ਹਾਲਾਤ ਕੀ ਕਹਿੰਦੇ, ਸਰਵੇ ਕੀ ਕਹਿੰਦੇ ਨੇ, ਸਾਰਿਆਂ ਥਾਵਾਂ 'ਤੇ ਨਾ ਕੋਈ ਗੱਲ ਗਲਤ ਹੋ ਸਕਦੀ, ਇਸ ਲਈ ਉਹ ਸਿਚੁਏਸ਼ਨ ਦੂਜੇ ਕਹਿ ਰਹੇ ਨੇ ਆਪਣੇ ਆਪ ਨੂੰ, ਤਾਂ ਜੋ ਆਪ ਜੋ ਮਰਜ਼ੀ ਕਹੀ ਜਾਓ। ਇਸ ਲਈ ਅਕਾਲੀ ਦਲ ਦੀਆਂ ਤਾਂ ਗੁੜਮੀਆਂ ਚੜਮੀਆਂ ਸੀਟਾਂ ਆਉਣੀਆਂ ਹੈਗੀਆਂ, ਉਹ ਬਹੁਤ ਥੱਲੇ ਹੈ। ਅਤੇ ਸੁਖਬੀਰ ਜੀ ਕਹਿ ਰਹੇ ਨੇ ਕਿ ਦਿੱਲੀ ਦੇ ਵਿੱਚ ਜਿਹੜੀ ਹੈ DMC ਦੀ ਚੋਣਾਂ ਆਈਆਂ ਉਹ ਜਿੱਤਣ ਦੇ, ਇਹਦੇ ਨਾਲ ਜਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਬੇਅਦਬੀ ਦੇ ਮਾਮਲੇ ਉਹ ਲੋਕ ਭੁੱਲੇ ਹੋਏ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਪੰਜਾਬ ਦਾ ਜਿਹੜਾ ਰਿਜ਼ਲਟ। ਜੇ ਇਹ ਗੱਲ ਹੁੰਦੀ ਤਾਂ ਦਿੱਲੀ ਦੀਆਂ ਇਲੈਕਸ਼ਨਾਂ ਦੇ ਵਿੱਚ ਸੁਖਬੀਰ ਨੂੰ ਜਾਂ ਬਾਦਲ ਸਾਹਿਬ ਨੂੰ ਲੋਕ ਬੁਲਾਉਂਦੇ। ਇਹੀ ਕਾਰਨ ਸੀ ਕਿ ਇਹਨਾਂ ਤੋਂ ਇਹਨਾਂ ਦੀ ਵਿਰੋਧਤਾ ਸੀ ਇੱਥੇ, ਉਹਨਾਂ ਨੂੰ ਵੀ ਇਹਨਾਂ ਨੂੰ ਕਿਹਾ ਕਿ ਪਰੇ ਰਹੋ, ਦੂਰ ਰਹੋ, ਸ਼ਾਇਦ ਇਸ ਕਰਕੇ ਜਿੱਤ ਕੇ ਕਿ ਇਹਨਾਂ ਤੋਂ ਦੂਰ ਰਹੇ ਆ। ਇੱਕ ਅਮਰੀਕਾ ਦੇ ਵਿੱਚ ਫਿਰ ਇੱਕ ਸਿੱਖ ਨੂੰ ਜੀ ਗੋਲੀ ਮਾਰੀ ਗਈ ਆ, ਸਿੱਖਾਂ ਨੂੰ ਇਹ ਜਿਹੜੀ ਕਮਿਊਨਲ ਗੱਲਾਂ ਹੈ ਬੜੀਆਂ ਅਫਸੋਸਨਾਕ ਹੈ, ਮੰਦਭਾਗੀਆਂ, ਨਹੀਂ ਹੋਣੀਆਂ ਚਾਹੀਦੀਆਂ। ਸਾਨੂੰ ਸਾਡੇ ਗੁਰੂਆਂ ਧਰਮਾਂ ਕੋਈ ਵੀ ਹੋਵੇ, ਹਰ ਗੁਰੂ ਧਰਮ ਨੇ ਸਾਨੂੰ ਜਿਹੜੀ ਹੈਗੀ ਇਨਸਾਨੀਅਤ ਦੀ ਗੱਲ ਕੀਤੀ ਹੈ, ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ, ਮਾੜੀ ਗੱਲ ਹੈ।